आम आपां हुण गल करन लगे हाँ रामानंद रामलीला कमेटी जो बनी हुई आ तां रामानंद रामलीला दे फाउंडर श्री रामानंद शर्मा जी नाल तां उहनां नूं मैं पहलां तां सारिआं तों इह पुछणा चाहूंगी कि कदों रामलीला दी शुरुआत आ जिहड़ी कीती सी ते की सोच के उहनां ने शुरुआत कीती सी रामलीला दी। रामलीला जिहड़ी है 61 ਦੇ ਵਿੱਚ ਮੈਂ ਮੈਟ੍ਰਿਕ 'ਚ ਸੀਗਾ, ਉਸ ਵੇਲੇ ਮੈਂ ਪਹਿਲੀ ਵਾਰੀ ਰਾਮ ਦਾ ਰੂਲ ਅਦਾ ਕੀਤਾ। ਉਦੋਂ ਜਿਹੜਾ ਕਮੇਟੀ ਦਾ ਇਕਤਲਾਅ ਹੁੰਦਾ ਸੀ ਉਸ 'ਤੇ ਬੇੜਾ ਤਾਰਿਆ ਜਾਂਦਾ ਹੁੰਦਾ ਸੀ ਅਤੇ ਜਿਹੜਾ ਸਾਰਾ ਲੱਗਦਾ ਹੁੰਦਾ ਸੀ ਜਿੱਥੇ ਹੁਣ ਬਾਬਾ ਪੂਰਨ ਸਿੰਘ ਜੀ ਦਾ ਗੁਰਦੁਆਰਾ ਹੈ ਉੱਥੇ ਉਹ ਸਾਰਾ ਲੱਗਦਾ ਹੁੰਦਾ ਸੀ। ਉਸ ਤੋਂ ਅੱਗੇ ਫਿਰ ਉਸ ਵੇਲੇ ਜਿਹੜੇ रावण वगैरह बनते थे वो इतें ही बनाए जाते थे, बाहरों नहीं सी बनाए जाते, पंडित दर्शन लाल जी बनाते होंगे सी। असी गलिया के जड़िया साड़ियाँ या होर कपड़े वगैरह लिया के उन्होंने देंगे सी, ते वांस वगैरह भी असी इतों ही हरे वांस या सुके वांस लिया के दे देने, उन्होंने वो रावण के पुतले बनाने ते उन्हां दे उत्ते उस वेले खर्च बहुत घट हुंदा सी। उस तो पिछों राजेंद्र शास्त्री जी दे पिता जी ओ वी उन्हां दे नाल सी, उन्हां दे पीरड विच फिर अगे आ के धीरे धीरे यह जिहड़ा सीगा दशहरा ये अगे वधदा गया। मैनू जिहड़ा इस दा शौक सीगा ਪਹਿਲਾਂ ਹੀ ਮੈਂ ਮਤਲਬ ਪਹਿਲਾਂ ਤੁਸੀਂ ਆਪ ਰਾਮ ਜੀ ਦਾ ਰੋਲ ਕੀਤਾ ਸੀ? ਹਾਂ, ਮੈਂ 61 ਦੇ ਵਿੱਚ। ਅੱਛਾ। ਹਾਂ, ਮਦਨ ਪੰਡਿਤ ਮਦਨ ਅਤੇ ਮੈਂ ਦੋਨੋਂ ਸੀਗੇ, ਤਾਂ ਉਹ ਮਦਨ ਜੀ ਬਰਸ਼ੀ ਲੱਗਣੀ ਸੀਗੀ ਇਸ ਕਰਕੇ ਉਹ ਲਕਸ਼ਮਣ ਸੀਗੇ ਅਤੇ ਮੈਨੂੰ ਰਾਮ ਬਣਾਇਆ ਗਿਆ ਸੀ। ਅੱਛਾ, ਤਾਂ ਇਹਦਾ ਮਤਲਬ ਵੀ ਭਗਵਾਨ ਰਾਮ ਦਾ ਰੋਲ ਪੀੜ੍ਹੀ ਦਰ ਪੀੜ੍ਹੀ ਹੋ ਗਿਆ, ਫਿਰ ਤੁਹਾਡੇ ਬੇਟੇ ਨੇ ਕੀਤਾ। ਉਸ ਤੋਂ ਬਾਅਦ ਮੇਰੇ ਖਿਆਲ 'ਚ ਕਿਹੜੇ ਸੰਨ ਵਿੱਚ ਕੀਤਾ ਉਹਨਾਂ ਨੇ? ਹਾਂ, ਉਹਨਾਂ ਨੇ 92 ਦੇ ਵਿੱਚ ਮੇਰਾ ਖਿਆਲ ਹੈ, ਜਾਂ 90 ਜਾਂ 92 ਦੇ ਵਿੱਚ ਜਦੋਂ ਕਿ 1984 ਦੇ ਦੰਗੇ ਸੀਗੇ ਉਹਨਾਂ ਨੂੰ ਸ਼ਾਂਤ ਹੋ ਗਿਆ ਸੀ ਅਤੇ ਮਖੀਜਾ ਜੀ ਉਸ ਵੇਲੇ ਪ੍ਰੈਜੀਡੈਂਟ ਸੀਗੇ, ਤਾਂ ਉਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਰਾਮਲੀਲਾ ਦਾ ਆਯੋਜਨ ਕਰਾਓ। ਅੱਛਾ। ਉਹਨਾਂ ਨੇ ਪ੍ਰਬੰਧ ਦਾ ਸਾਰਾ ਜ਼ਿੰਮਾ ਉਹਨਾਂ ਨੇ ਚੁੱਕਿਆ ਸੀ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਬਹੁਤ ਹੀ ਵਧੀਆ ਸੀ। ਉਸ ਦੇ ਤਹਿਤ ਇਹ ਫਿਰ ਮੈਂ ਇਹਦੇ ਜਿਹੜੇ ਗੌਰਵ ਸ਼ਰਮਾ ਜੀ ਹੈ ਡਾਇਰੈਕਟਰ, ਇਹਨਾਂ ਨੂੰ ਰਾਮ ਦਾ ਰੋਲ ਦਿੱਤਾ ਸੀ, ਇਹਨਾਂ ਨੇ ਰਾਮ ਦਾ ਰੋਲ ਕੀਤਾ ਸੀ। ਅਤੇ ਹੁਣ ਤੁਹਾਡੇ ਪੋਤੇ ਨੇ ਰਾਮ ਦਾ ਰੋਲ ਕੀਤਾ, ਇਹਦਾ ਮਤਲਬ ਕਿ ਰਾਮ ਦਾ ਰੋਲ ਆ ਜਿਹੜਾ ਉਹ ਪੀੜ੍ਹੀ ਦਰ ਪੀੜ੍ਹੀ ਹੋ ਗਿਆ, ਤਾਂ ਤੁਹਾਨੂੰ ਕਿਵੇਂ ਫੀਲ ਹੁੰਦਾ ਹੁਣ? ਤੁਸੀਂ ਇਮੋਸ਼ਨਲ ਹੋ ਗਏ, ਚਲੋ ਕੋਈ ਗੱਲ ਨਹੀਂ। ਇਹ ਪੀੜ੍ਹੀ ਦਰ ਪੀੜ੍ਹੀ ਇਸ ਤੋਂ ਪਹਿਲਾਂ 61 ਤੋਂ ਪਹਿਲਾਂ ਮੇਰੇ ਚਾਚਾ ਰਾਮ ਚੰਦ ਜੀ ਹੁੰਦੇ ਸੀਗੇ, ਉਹ 4-5 ਭਰਾ ਸੀ, ਮੋਗੇ ਰਾਮਗੰਜ ਮੰਡੀ ਦੇ ਵਿੱਚ ਉਹ ਰਹਿੰਦੇ ਹੁੰਦੇ ਸੀ ਅਤੇ ਉੱਥੋਂ ਦੀ ਰਾਮਲੀਲਾ ਦਾ ਮੰਚਨ ਉਹ ਕਰਦੇ ਹੁੰਦੇ ਸੀ ਅਤੇ ਧਰਮਕੋਟ ਦੀ ਰਾਮਲੀਲਾ ਦਾ ਮੰਚਨ ਵੀ ਉਹ ਹੀ ਕਰਿਆ ਕਰਦੇ ਸੀ। ਤਾਂ ਇਹ ਫਰੋਮ ਦੀ ਵੈਰੀ ਬਿਗਨਿੰਗ ਸਾਡੇ ਪਰਿਵਾਰ ਨੂੰ ਇਹ ਪ੍ਰਭੂ ਸ਼੍ਰੀ ਰਾਮ ਦੇ ਕੋਈ ਬਖਸ਼ਿਸ਼ ਕਹਿ ਲਓ ਚਾਹੇ ਕੁਛ ਵੀ ਕਹਿ ਲਓ, ਤਾਂ ਇਹ ਉਦੋਂ ਤੋਂ ਮਤਲਬ ਚੱਲਦਾ ਆ ਰਿਹਾ। ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਹੁਣ ਇਹ ਪਰਿਪਾਟੀ ਅੱਗੇ ਮੇਰੇ ਪੋਤੇ ਤੱਕ ਚਲੀ ਗਈ, ਬਹੁਤ ਹੀ ਖੁਸ਼ੀ ਦੀ ਗੱਲ। ਅਤੇ ਤੁਸੀਂ ਹੁਣ ਜਿਹੜੇ ਨਵੇਂ ਬੱਚੇ ਇਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ? ਇੱਕ ਇਹ ਵੀ ਦੱਸੋ ਜਿਵੇਂ ਕਿ ਅੱਜ ਲਾਸਟ ਨਾਈਟ ਆ ਰਾਮਲੀਲਾ ਦੀ, ਉਹਦੇ ਵਿੱਚ ਕੀ ਦਿਖਾਇਆ ਜਾਊਗਾ? ਹਾਂ, ਜਿਹੜੀ ਲਾਸਟ ਨਾਈਟ ਹੈ ਇਹ ਹੁਣ ਦਿਖਾਉਣ ਲੱਗ ਗਏ ਨੇ ਵੀ ਰਾਵਣ ਜਿਹੜਾ ਹੈਗਾ ਉੱਥੇ ਮਾਰ ਦਿੱਤਾ ਜਾਊਗਾ, ਪਰ ਅਸੀਂ ਤਾਂ ਸਟੇਜ ਦੇ ਉੱਤੇ ਹੀ ਰਾਮਲੀਲਾ ਜਿਵੇਂ ਦੂਸਰੀ ਰਾਮਲੀਲਾ ਦੇ ਵਿੱਚ ਕੁੰਭਕਰਨ ਮੇਘਨਾਥ ਵਗੈਰਾ ਮਾਰੇ ਗਏ, ਇਸੇ ਤਰ੍ਹਾਂ ਰਾਵਣ ਦਾ ਵੱਧ ਵੀ ਉੱਥੇ ਹੁੰਦਾ, ਵਿਭੀਸ਼ਣ ਦੱਸਦਾ ਹੈਗਾ ਅਤੇ ਉਸ ਦੇ ਨਾਲ ਉਸਦਾ ਵੱਧ ਸਟੇਜ ਦੇ ਉੱਤੇ ਹੀ ਕੀਤਾ ਜਾਂਦਾ ਰਿਹਾ।
ਇਹ ਕਿਉਂਕਿ ਦੁਸਹਿਰਾ 15 ਤਰੀਕ ਨੂੰ, ਇਹ ਰਾਮਲੀਲਾ ਜਿਹੜੀ ਸੀਗੀ ਇਹ 14 ਤਰੀਕ ਨੂੰ ਖਤਮ ਹੋ ਗਈ, ਇਸ ਕਰਕੇ ਇੱਕ ਨਾਈਟ ਜ਼ਿਆਦਾ ਹੋਰ ਹੁੰਦੀ, ਅਤੇ ਨਹੀਂ ਤਾਂ ਫਿਰ ਇਹਨਾਂ ਨੇ ਕਿਹਾ ਵੀ ਉੱਥੇ ਅਸੀਂ ਦੁਸਹਿਰੇ ਦੇ ਵਿੱਚ ਹੀ ਰਾਵਣ ਨੂੰ ਮਾਰ। ਅੱਛਾ, ਹਾਂਜੀ। ਤੇ ਇਹ ਬੱਚਿਆਂ ਨੂੰ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਜਿਹੜੇ ਹੁਣ ਨਵੇਂ ਬੱਚੇ ਜੁੜੇ ਹੋਏ ਆ? ਜਿਹੜੇ ਨਵੇਂ ਹੈ ਇਹਨਾਂ ਨੂੰ ਮੈਂ ਪੂਰਾ ਜਦੋਂ ਜਿੰਨਾ ਕੁ ਮੈਥੋਂ ਹੋ ਸਕਦਾ ਸੀ ਇਹਨਾਂ ਨੂੰ ਗਾਈਡ ਕੀਤਾ, ਇਹਨਾਂ ਨੂੰ ਦੱਸਿਆ ਲੈ ਵੀ ਬੇਟੇ ਇਸ ਤਰ੍ਹਾਂ ਨਹੀਂ ਕਰਨਾ, ਇਸ ਤਰ੍ਹਾਂ ਨਹੀਂ ਕਰਨਾ। ਇਹਨਾਂ ਦੀ ਤਿਆਰੀ ਦੇ ਵਿੱਚ ਵੀ, ਰਿਹਰਸਲ ਵਿੱਚ ਵੀ ਮੈਂ ਕਈ ਵਾਰੀ ਇਹਨਾਂ ਨੂੰ ਜਾ ਕੇ ਜਿੱਥੇ ਕਿਤੇ ਜਿੰਨੀ ਕੁ ਮੇਰੀ ਸਮਝ ਸੀ, ਵੈਸੇ ਤਾਂ ਗੌਰਵ ਸ਼ਰਮਾ ਜੀ ਇਹਨਾਂ ਨੂੰ ਕੰਮ ਬਹੁਤ ਵਧੀਆ ਢੰਗ ਨਾਲ ਕਰਾ ਰਹੇ ਸੀ, ਪਰ ਫਿਰ ਵੀ ਜੇ ਕਿਤੇ ਮੈਨੂੰ ਲੱਗਿਆ, ਹਾਂਜੀ ਤੁਹਾਡਾ ਐਕਸਪੀਰੀਅੰਸ ਜ਼ਿਆਦਾ ਉਹਨਾਂ ਨਾਲੋਂ, ਉਹਨਾਂ ਨੂੰ ਮੈਂ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਕਿ ਰਾਮਲੀਲਾ ਦੇ ਵਿੱਚ ਕੋਈ ਖਾਸ ਤਰ੍ਹਾਂ ਦੇ ਰੋਲ ਦੀ ਇੰਪੋਰਟੈਂਸ ਹੁੰਦੀ ਆ, ਜਾਂ ਮਤਲਬ ਸ਼ਰਧਾ ਭਾਵਨਾ ਜਿਵੇਂ ਲੋਕਾਂ ਦੇ ਵਿੱਚ ਇੰਨੀ ਹੁੰਦੀ ਹੈ, ਵੀ ਇਹਦੀ ਕੀ ਇੰਪੋਰਟੈਂਸ ਆ ਰਾਮਲੀਲਾ ਦੀ? ਰਾਮਲੀਲਾ ਦੇ ਵਿੱਚ ਜਿੱਥੇ ਤੱਕ ਮੇਰਾ ਤਜਰਬਾ ਹੈ, ਕਿਉਂਕਿ ਸਾਡੇ 2-4 ਪਾਤਰ ਵਿੱਚ ਦੀ ਮੇਰਾ ਖਿਆਲ ਹੈ 69 'ਚ ਜਾਂ 70 ਦੇ ਵਿੱਚ ਕੁਛ ਪਾਤਰ ਐਸੇ ਸੀਗੇ ਜਿਨ੍ਹਾਂ ਦੇ ਕਹਿੰਦੇ ਸੀਗੇ ਵੀ ਉਹਨਾਂ ਦੇ ਕੋਈ ਔਲਾਦ ਨਹੀਂ ਹੁੰਦੀ, ਤਾਂ ਜਿਹੜੇ ਸਾਥੋਂ ਸੀਨੀਅਰ ਸੀ ਉਹਨਾਂ ਨੇ ਉਦੋਂ ਸਾਨੂੰ ਦੱਸਿਆ ਸੀ ਕਿ ਜਿਹੜਾ ਕੇਵਟ ਦਾ ਪਾਰਟ ਹੈ ਭਗਵਾਨ ਰਾਮ ਨੂੰ ਪਾਰ ਕਰਾਉਣ ਵਾਲਾ, ਹਾਂਜੀ, ਜੇ ਕੋਈ 2 ਜਾਂ 3 ਵਾਰੀ ਉਹ ਪਾਰਟ ਕਰਾ ਦਿੰਦਾ ਹੈ ਤਾਂ ਫਿਰ ਉਸ ਦੀ ਉਹ ਮਨਸ਼ਾ ਪੂਰੀ ਹੋ ਜਾਂਦੀ ਹੈ। ਅੱਛਾ, ਇਸ ਕਰਕੇ ਉਹ ਸਾਡੇ ਪਾਤਰਾਂ ਨੇ ਮੇਰੇ ਵੇਖਦੇ ਹੋਏ ਜਿਨ੍ਹਾਂ ਨੇ ਕੇਵਟ ਦਾ ਪਾਠ ਕੀਤਾ ਅਤੇ ਉਹਨਾਂ ਦੇ ਤਕਰੀਬਨ ਔਲਾਦ ਵੀ ਲੜਕੇ ਦੇ ਰੂਪ ਵਿੱਚ ਹੀ ਹੁੰਦੀ ਰਹੀ ਹੈ। ਅੱਛਾ, ਇੱਕ ਦੂਸਰਾ ਜਿਹੜਾ ਮੈਂ ਦੱਸਣਾ ਚਾਹਾਂਗਾ ਕਿ ਰਾਵਣ ਜਿਹੜਾ ਸੀ, ਹਾਂਜੀ, ਉਸ ਦੇ ਜਿਹੜੇ ਭਰਾ ਨੇ ਕੁੰਭਕਰਨ ਵਿਭੀਸ਼ਣ, ਤਾਂ ਸਾਨੂੰ ਪਤਾ ਹੀ ਹੈ 2 ਭਰਾ ਸੀਗੇ, ਇੱਕ ਇਹਨਾਂ ਦਾ ਭਰਾ ਜਿਹੜਾ ਸੀ ਕੁਬੇਰ, ਕਿਉਂਕਿ ਵਿਰਧ ਸ਼ਰਵਾ ਦੀਆਂ 2 ਪਤਨੀਆਂ ਸੀ, ਦੂਸਰੀ ਪਤਨੀ ਤਾਂ ਉਹਨਾਂ ਨੇ ਧੱਕੇ ਨਾਲ ਹੀ ਜਿਹੜੀ ਇਹ ਕੇਸਕੀ ਸੀ ਰਾਕਸ਼ਸਾਂ ਦੇ ਮਨਸ਼ਾ ਬਣਾ ਕੇ ਕਿ ਕਿਵੇਂ ਨਾ ਕਿਵੇਂ ਅਸੀਂ ਲੰਕਾ ਜਿਹੜੀ ਹੈ ਲੈ ਲੈਣੀ ਹੈ, ਇਸ ਕਰਕੇ ਉਹਨਾਂ ਨੇ ਕੇਸਕੀ ਨੂੰ ਭੇਜਿਆ ਅਤੇ ਉਹ ਉੱਥੇ ਧਰਨਾ ਮਾਰ ਕੇ ਬੈਠ ਗਈ ਵਿਰਧ ਸ਼ਰਵਾ ਕੋਲ, ਅਤੇ ਫਿਰ ਉਹਨਾਂ ਨੂੰ ਫਿਰ ਉਹਨਾਂ ਦੇ ਨਾਲ ਉਹਨੇ ਕਿਹਾ ਵੀ ਮੈਂ ਇਸ ਤਰ੍ਹਾਂ ਨਹੀਂ ਤੇਰੇ ਨਾਲ ਕੋਈ ਗ੍ਰਸਤ ਵਗੈਰਾ ਕਰ ਸਕਦਾ, ਮੈਰਿਜ ਕਰਨੀ ਹੈ। ਫਿਰ ਉਹਦੇ ਨਾਲ ਉਹਨਾਂ ਨੇ ਮੈਰਿਜ ਕੀਤੀ, ਮੈਰਿਜ ਕਰਨ ਤੋਂ ਪਿੱਛੋਂ ਫਿਰ ਇਹ ਰਾਵਣ ਅਤੇ ਕੁੰਭਕਰਨ ਅਤੇ ਵਿਭੀਸ਼ਣ ਇਹ 3 ਲੜਕੇ ਅਤੇ ਇੱਕ ਜਿਹੜੀ ਇਹਨਾਂ ਦੀ ਭੈਣ ਸਰੂਪਨਖਾ, ਤਾਂ ਸਰੂਪਨਖਾ ਜਿਹੜੀ ਹੈ ਇਸ ਨੂੰ ਭੱਦੇ ਤੌਰ 'ਤੇ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈ, ਲੇਕਿਨ ਸਰੂਪਨਖਾ ਜਿਸ ਦਾ ਰੂਪ ਵਰਣਨ ਕੀਤਾ ਨਹੀਂ ਜਾ ਸਕਦਾ, ਜਿਹੜਾ ਔਰਤਾਂ ਦੇ ਵਿੱਚੋਂ ਸਭ ਤੋਂ ਸੋਹਣੀ ਔਰਤ ਸੀਗੀ ਸਰੂਪਨਖਾ, ਤਾਂ ਇਸੇ ਕਰਕੇ ਉਸਨੂੰ ਮਾਨ ਸੀ ਵੀ ਭਗਵਾਨ ਰਾਮ ਜਾਂ ਲਕਸ਼ਮਣ ਮੇਰੇ ਨਾਲ ਵਿਆਹ ਕਰਵਾ ਲੈਣ। ਮਤਲਬ ਉਹ ਸੱਚੀ ਸੁੰਦਰ ਸੀ? ਹਾਂਜੀ, ਉਹ ਸੁੰਦਰ ਹੀ ਸੀ, ਅਤਿ ਸੁੰਦਰ ਸੀ ਉਹ। ਅੱਛਾ, ਲੇਕਿਨ ਉਹ ਉਸਦਾ ਸਾਡੇ ਸਮਾਜ ਵਿੱਚ, ਕਿਉਂਕਿ ਅਸੀਂ ਰਾਵਣ ਨੂੰ ਹੇਟ ਕਰਦੇ ਹਾਂ ਅਤੇ ਕਿਉਂਕਿ ਉਹਦੀ ਭੈਣ ਸੀ, ਉਸਦਾ ਸਰੂਪ ਅਸੀਂ ਵਿਗਾੜ ਕੇ ਦੇਖਦੇ ਹਾਂ, ਇਸ ਤਰ੍ਹਾਂ ਨਹੀਂ ਸੀ। ਸਰੂਪ ਜਿਹੜੀ ਸੀ ਨਖਾ, ਨਖ ਦਾ ਮਤਲਬ ਇਹ ਹੁੰਦਾ ਕਰੋੜਾਂ ਦੀ ਗਿਣਤੀ 'ਚੋਂ ਇੱਕ, ਮਤਲਬ ਕਹੀ ਜਾ ਸਕਦੀ ਸੀ। ਤਾਂ ਉਸਦੇ ਇਹ ਕੁਬੇਰ ਜਿਹੜਾ ਸੀ ਪਹਿਲੀ ਵਾਈਫ ਦਾ, ਵਿਰਧ ਸ਼ਰਵਾ ਦੀ ਪਹਿਲੀ ਵਾਈਫ ਦਾ ਰਾਵਣ ਦਾ ਵੱਡਾ ਭਰਾ ਕੁਬੇਰ ਸੀ। ਕੁਬੇਰ ਜਿਹੜਾ ਸੀਗਾ ਉਹ ਧਨ ਦਾ ਮਾਲਕ ਹੈ ਅਤੇ ਦੇਵਤਿਆਂ ਨੇ ਉਸ ਨੂੰ ਦਿਗਪਾਲ ਨਿਸ਼ਚਿਤ ਕਰ ਦਿੱਤਾ ਸੀ ਅਤੇ ਫਿਰ ਉਹ ਲੰਕਾ ਵੀ ਜਿਹੜੀ ਸੀ ਉਸਦੇ ਕੋਲ ਸੀ, ਇਹ ਪੁਸ਼ਪਕ ਵਿਮਾਨ ਵੀ ਉਸੇ ਦਾ ਹੀ ਸੀਗਾ। ਤਾਂ ਇਹ ਰਾਵਣ ਨੇ ਫਿਰ ਜਿਸ ਵੇਲੇ ਪਾਵਰ ਵਿੱਚ ਆਇਆ, ਵਿਰਧ ਸ਼ਰਵਾ ਜਿਹੜਾ ਸੀ ਬੜਾ ਸਾਇੰਸਦਾਨ ਸੀਗਾ, ਇਹ ਵਿਮਾਨਾਂ ਨੂੰ ਤਾਂ ਚਲਾਉਣ ਵਾਸਤੇ ਇੱਕ ਪਾਇਲਟ ਦੀ ਲੋੜ ਪੈਂਦੀ ਹੈ। ਇਹ ਜਿਹੜਾ ਪੁਸ਼ਪ ਵਿਮਾਨ ਸੀ, ਇਹ ਬੰਦਾ ਜਿਹੜਾ ਉੱਥੇ ਬੈਠ ਜਾਂਦਾ ਸੀ ਉਹਦੀ ਮਨ ਦੀ ਅਵਸਥਾ ਦੇ ਮੁਤਾਬਕ ਚੱਲਦਾ ਸੀ, ਚਾਹੇ ਹਵਾ ਕਿੱਧਰਲੀ ਹੋਵੇ ਕੁਛ ਹੋਵੇ, ਉਹਦੇ ਮਨ ਦੀ ਅਵਸਥਾ ਜਿਹੜੀ ਸੀ
जी उसने कहता भी चलो भाई ऊपर आकाश चिता आकाश चला गया, जे खब्बे कह दिता खब्बे चला गया, सज्जे कह दिता सज्जे चला गया। एहो जी मशीनरी उस लगी होंगी। एक रावण दे कैरेक्टर बारे भी थोड़ा जा दसो भी, जिवें किया तां इही जांदा भी बहुत बुद्धिमान सी, बुद्धिमान सी ते इह की कहानी की बनी उहदे अंत दी? इह जिहड़ा रावण सी ना एक्चुअली असीं सारे जिन्ने ऋषि मुनि जो भी है जिन्ने वेद है साढ़े चारे, हाँ जी, वह पढ़ के यानी कि सामने चीज़ रखी हुई है जिहड़ी उसनूं इस तरह पढ़ के दसदे है, ते पढ़ के चीज़ दसन दे विच ते जिहड़ी बंदे दे आपदे मूँह जवानी याद होवे उहदे दसन विच बहुत ज़्यादा फर्क हुंदा है, अंतर हुंदा है। लेकिन ये एक अजिहा आदमी रावण सी जिसनूं चारे वेद कंठस्थ जिन्हें अच्छा याद सी, याद सी ये इस तरह का ये विद्वान ताई इहनूं कहिंदे आ वी ये वृद्ध शर्मा तो इसने दुनिया की हरेक साइंस सीख ली सी। ईवन इंदर इंद्रजीत जिहड़ा इसका लड़का मेघनाथ है इंद्रजीत उसनू भी इसने वो सारी विद्या दस दिती सी। ये कहिंदा सीगा मतलब भई मैं पौड़ी स्वर्ग नू लगा देनी है ताकि कोई भी बंदा जिहड़ा हैगा वो स्वर्ग, जिवें हुण कही जांदे आ अमेरिका ने चंद्रमा दे उत्ते चंद्रमा दे जाण दा। अच्छा इवें इसने भी सोच बनाई सी रावण ने, रावण ने अच्छा जिवें एक पौड़ी स्वर्ग नू लगा दिंदा, लोग कहिंदे आ ना भी पुण करांगे ते स्वर्ग नू जावांगे, पर अच्छा। मेरे नाल विच जिते भी कोई बंदा होएगा वह पौड़ी चढ़ के चला जाएगा। ਤਾਂ ਇਹ ਰਾਵਣ ਨੂੰ ਜਿਸ ਵੇਲੇ ਉਹ ਮਰ ਗਿਆ ਤਾਂ ਭਗਵਾਨ ਰਾਮ ਨੇ ਲਕਸ਼ਮਣ ਨੂੰ ਭੇਜਿਆ ਬਈ ਜਾ ਉਹਨਾਂ ਤੋਂ ਕੁਛ ਗੁਣ ਸਿੱਖ ਕੇ ਆ, ਬਈ ਕਿਉਂਕਿ ਬਹੁਤ ਗਿਆਨੀ ਸੀਗੇ ਤਾਂ ਉਹਨਾਂ ਨੂੰ ਗਿਆ, ਅਤੇ ਉਹ ਜਿਹੜਾ ਲਕਸ਼ਮਣ ਸੀ ਉਹਨਾਂ ਦੇ ਸਿਰ ਬੰਨੀ ਖੜ ਗਿਆ ਤਾਂ ਉਸ ਉਹ ਬੋਲਿਆ ਹੀ ਨਹੀਂ। ਫਿਰ ਉਹਨਾਂ ਨੇ ਆ ਕੇ ਕਿਹਾ ਜੀ ਉਹ ਤਾਂ ਬੋਲਦੇ ਨੀਗੇ, ਉਹ ਕਹਿੰਦੇ ਵੀ ਤੂੰ ਖੜਾ ਕਿੱਧਰ ਸੀਗਾ, ਉਹ ਕਹਿੰਦਾ ਮੈਂ ਸਿਰ ਬੰਨੀ, ਉਹ ਕਹਿੰਦੇ ਬਈ ਦਾਸ ਭਾਵਨਾ ਵਿੱਚ ਜਾਣਾ ਪਏਗਾ ਬ੍ਰਾਹਮਣ ਨੇ, ਤਾਂ ਉਹ ਫਿਰ ਪੈਰ ਬੰਨੀ ਖੜ ਕੇ ਉਹਨਾਂ ਨੇ ਜਦੋਂ ਪੁੱਛਿਆ ਤਾਂ ਉਹਨਾਂ ਨੇ ਉਹਨਾਂ ਨੂੰ ਇਹੀ ਕਿਹਾ ਬਈ ਜਿਹੜਾ ਕੰਮ ਕਰਨਾ ਹੋਵੇ ਉਹ ਉਸੇ ਵੇਲੇ ਹੀ ਕਰ ਲੈਣਾ ਚਾਹੀਦਾ ਹੈ। ਅੱਛਾ ਜੇ ਉਹਦੇ 'ਚ ਡਿਲੇ, ਮੈਂ ਉਹ ਸੋਚਦਾ ਰਿਹਾ ਵੀ ਅੱਜ ਨਹੀਂ ਚਲੋ ਸਵੇਰੇ ਮੈਂ ਪੌੜੀ ਲਾ ਦੂੰਗਾ, ਮੈਂ ਪਰਸੋਂ ਲਾ ਦੂੰਗਾ ਜਾਂ ਕੱਲ੍ਹ ਨੂੰ ਲਾ ਦੂੰਗਾ, ਕਰਦੇ ਕਰਦੇ ਮੇਰੀ ਇਹ ਮੌਤ ਹੋ ਗਈ। ਅੱਛਾ ਅਤੇ ਇਹ ਫਿਰ ਮਤਲਬ ਜਿਹੜੀ ਉਹਨਾਂ ਨੇ ਇਹ ਭਗਵਾਨ ਰਾਮ ਜੀ ਦੇ ਹੱਥੋਂ ਹੋਣੀ ਸੀਗੀ ਮੌਤ, ਵੀ ਤਾਂ ਇਹਨਾਂ ਇਹ ਮਤਲਬ ਉਹਨਾਂ ਨੇ ਜਿਹੜਾ ਸੀਤਾ ਹਰਨ ਕੀਤਾ? ਦੇਖੋ ਉਹ ਇਹ ਜੈ ਅਤੇ ਵਿਜੇ ਵਾਲੀ ਗੱਲ ਆ, ਉੱਥੋਂ ਉਹਨਾਂ ਨੂੰ ਪਤਾ ਸੀ ਵੀ ਤਿੰਨਾਂ ਰੂਪਾਂ ਦੇ ਵਿੱਚ ਅਸੀਂ ਆਉਣਾ, ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਭਗਵਾਨ ਜਿਹੜੇ ਨੇ ਉਹ ਅਵਤਾਰ ਲੈ ਚੁੱਕੇ ਨੇ ਅਤੇ ਮੇਰਾ ਹੁਣ ਖਾਤਮਾ ਹੋ ਜਾਣਾ। ਉਸ ਉਹਨਾਂ ਨੂੰ ਇਹ ਸੀਤਾ ਚੁੱਕਣ ਦਾ ਜਿਹੜਾ ਢੰਗ ਸੀਗਾ ਇੱਕ ਤਰੀਕਾ ਬਣਾਇਆ ਗਿਆ, ਉਸ ਪ੍ਰੋਸੈਸ ਨੂੰ ਉਹਨਾਂ ਨੇ ਲਾਗੂ ਕੀਤਾ ਅਤੇ ਫਿਰ ਉਹ ਭਗਵਾਨ ਰਾਮ ਜਿਹੜੇ ਸੀਗੇ ਉਹਨਾਂ ਚਲੇ ਗਏ। ਲੇਕਿਨ ਇਹਦੇ ਵਿੱਚ ਇੱਕ ਬਹੁਤ ਵੱਡੀ ਜ਼ਰੂਰੀ ਗੱਲ ਹੈ, ਉਹ ਇਹ ਹੈ ਕਿ ਜਿਹੜਾ ਰਾਵਣ ਸੀ ਉਹਦੇ ਅੰਮ੍ਰਿਤ ਜਿਹੜਾ ਸੀਗਾ ਨਾਭੀ ਦੇ ਵਿੱਚ ਰੱਖਿਆ ਹੋਇਆ ਸੀ। ਇਸ ਗੱਲ ਦਾ ਸਿਰਫ ਮੰਦੋਦਰੀ ਨੂੰ ਅਤੇ ਇਹ ਵਿਭੀਸ਼ਣ ਇਹ ਦੋਨਾਂ ਨੂੰ ਪਤਾ ਸੀ, ਉਹ ਦੁਨੀਆਂ 'ਚ ਹੋਰ ਕਿਸੇ ਨੂੰ ਪਤਾ ਨਹੀਂ ਸੀ। ਜਦੋਂ ਇਹ ਸਥਾਪਿਤ ਕੀਤਾ ਗਿਆ ਇਹ ਮੂਰਛਿਤ ਹੋ ਗਿਆ ਸੀ ਅਤੇ ਫਿਰ ਇਹ ਵਿਰਧ ਸ਼ਰਮਾ ਨੇ ਉਹ ਇਸ ਦੇ ਧੁੰਜੀ ਦੇ ਵਿੱਚ ਇਹ ਜਿਹੜਾ ਸੀ ਅੰਮ੍ਰਿਤ ਜਿਹੜਾ ਸੀ ਉਹ ਪ੍ਰਜ਼ਰਵ ਕਰ ਦਿੱਤਾ ਸੀ, ਭਾਵ ਜੇ ਇੱਥੇ ਕੋਈ ਤੀਰ ਮਾਰੇਗਾ ਤਾਂ ਮਰੇਗਾ ਨਹੀਂ ਤਾਂ ਨਹੀਂ। ਅੱਛਾ ਤਾਂ ਇਹ ਗੱਲ ਵਿਭੀਸ਼ਣ ਨੂੰ ਅਤੇ ਮੰਦੋਦਰੀ ਦੋਨਾਂ ਨੂੰ ਪਤਾ ਸੀ, ਹੋਰ ਕਿਸੇ ਨੂੰ ਨਹੀਂ ਪਤਾ ਸੀ। ਹੁਣ ਇਸ ਇੱਥੇ ਗਲਤੀ ਕੀ ਹੋ ਗਈ, ਹੰਕਾਰ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਨੂੰ ਮਾਤ ਪਾ ਦਿੰਦਾ, ਚਾਹੇ ਬੰਦਾ ਜਿੰਨਾ ਮਰਜ਼ੀ ਵਿਦਵਾਨ ਹੋਵੇ ਚਾਹੇ ਜੋ ਵੀ ਮਰਜ਼ੀ ਹੋਵੇ, ਪਰ ਉਹਦੇ 'ਚ ਹੰਕਾਰ ਇੰਨਾ ਵੱਧ ਚੁੱਕਾ ਸੀਗਾ ਕਿਉਂਕਿ ਉਹ ਜਿੱਧਰ ਜਾਂਦਾ ਸੀ ਜਿੱਤ ਜਾਂਦਾ ਸੀ ਉਸ ਵਿੱਚ ਉਹਦੇ ਹੰਕਾਰ ਹੋ ਗਿਆ, ਤਾਂ ਉਸ ਦੇ ਹੰਕਾਰ ਦੇ ਤਹਿਤ ਹੀ ਉਸਨੇ ਫਿਰ ਇਹ ਵਿਭੀਸ਼ਣ ਦੇ ਲੱਤ ਮਾਰੀ, ਵਿਭੀਸ਼ਣ ਉੱਧਰ ਚਲਾ ਗਿਆ। ਲੇਕਿਨ ਵਿਭੀਸ਼ਣ ਨੇ ਕਹਿੰਦੇ ਆ ਵਾਲਮੀਕੀ ਰਮਾਇਣ 'ਚ ਲਿਖਿਆ ਵੀ ਉਹਨੇ ਪੱਕਾ ਧਾਰਿਆ ਹੋਇਆ ਸੀ ਵੀ ਮੈਂ ਰਾਮ ਨੂੰ ਦੱਸਣਾ ਨਹੀਂ, ਜੇ ਭਗਵਾਨ ਹੋਇਆ ਤਾਂ ਆਪੇ ਲੱਭੂਗਾ ਵੀ ਉਹਦੇ ਅੰਮ੍ਰਿਤ ਕਿੱਥੇ ਹੈ। ਅੱਛਾ ਲੇਕਿਨ ਭਗਵਾਨ ਰਾਮ ਨੂੰ ਅੰਮ੍ਰਿਤ ਦਾ ਪਤਾ ਨਹੀਂ ਲੱਗਿਆ। ਅੱਛਾ ਉਹ ਜਦੋਂ ਵਿਭੀਸ਼ਣ ਉਹਦੇ ਨਾਲ ਥੋੜ੍ਹੀ ਜਿਹੀ ਭਗਵਾਨ ਨਾਲ ਗੱਲ ਕਰਨ ਲੱਗੇ ਤਾਂ ਉਸ ਨੂੰ ਸ਼ੱਕ ਪੈਦਾ ਹੋ ਗਿਆ ਰਾਵਣ ਨੂੰ ਬਈ ਹੁਣ ਇਹ ਦੱਸਣ ਲੱਗਾ ਹੈਗਾ,
ਤੇ ਉਸ ਵੇਲੇ ਉਹ ਵਿਭੀਸ਼ਣ ਨੂੰ ਮਾਰਨ ਵਾਸਤੇ ਜਦੋਂ ਦੌੜਿਆ ਰਾਵਣ ਤਾਂ ਫਿਰ ਉਸਨੇ ਆਵਾਜ਼ ਦਿੱਤੀ ਮਹਾਰਾਜ ਇਸ ਦੇ ਅੱਛਾ ਵੀ ਨਾਭੀ ਦੇ ਵਿੱਚ ਹਾਂਜੀ ਤੀਰ ਮਾਰ ਇਹਦੇ ਨੌ ਦੇ ਨੌ ਹੀ ਜਿਹੜੇ ਗ੍ਰਹਿ ਸੀਗੇ ਉਹ ਸਾਰੇ ਦੇ ਸਾਰੇ ਅਤੇ ਜਿੰਨੇ ਦੇਵਤੇ ਸੀ ਇਹ ਸ਼ਨੀ ਨੂੰ ਆਪਦੇ ਕਮਰੇ ਵਿੱਚ ਪੁੱਠਾ ਟੰਗ ਦਿੱਤਾ ਰਾਵਣ ਨੇ ਤਾਂ ਕਿ ਮੇਰੇ ਉੱਤੇ ਇਹਦੀ ਨਿਗਾਹ ਪਵੇ ਨਾ ਜ਼ਮੀਨ ਤੇ ਪੈਂਦੀ ਰਹੇ ਨਿਗਾਹ ਨਾ ਪੈ ਸਕੇ ਇਹ ਤੇ ਫਿਰ ਹਨੂੰਮਾਨ ਜੀ ਜਦੋਂ ਗਏ ਉਦੋਂ ਉਹਨਾਂ ਨੇ ਦੇਖਿਆ ਵੀ ਆਹ ਕੀ ਟੰਗਿਆ ਹੋਇਆ ਤਾਂ ਫਿਰ ਉਹਨਾਂ ਨੇ ਉਸ ਨੂੰ ਲਾਇਆ ਉਹ ਕਹਿੰਦਾ ਯਾਰ ਮੈਂ ਇਹ ਤਾਂ ਸੋਨੇ ਦੀ ਲੰਕਾ ਹੋਰ ਮਤਲਬ ਚਮਕੀ ਜਾਂਦੀ ਹੈ ਅਤੇ ਮੈਂ ਤਾਂ ਇਹਨੂੰ ਸਾੜਨ ਦਾ ਪ੍ਰਣ ਕੀਤਾ ਸੀਗਾ ਕਹਿੰਦਾ ਕੋਈ ਤਾਂ ਇੱਥੋਂ ਨਹੀਂ ਹੋਣਾ ਹੁਣ ਮੈਂ ਤੂੰ ਮੇਰੇ 'ਤੇ ਉਪਕਾਰ ਕੀਤਾ ਮੈਂ ਤੇਰੇ 'ਤੇ ਉਪਕਾਰ ਕਰਦਾ ਮੈਂ ਇਸ ਦੇ ਨਿਗਾਹ ਲਗਾਉਂਦਾ ਉਹਨਾਂ ਨਿਗਾਹ ਫਿਰ ਅਤੇ ਫਿਰ ਉਹ ਕਾਲੀ ਹੋ ਗਈ ਸੀ ਇਸੇ ਕਰਕੇ ਸ਼ਨੀ ਦੇ ਉੱਤੇ ਜੇ ਕਿਸੇ ਦਾ ਪ੍ਰਭਾਵ ਹੈਗਾ ਦੁਸ਼ਪ੍ਰਭਾਵ ਹੈਗਾ ਸ਼ਨੀ ਵੈਸੇ ਮਜਿਸਟਰੇਟ ਹੈ ਕਹਿੰਦੇ ਤਾਂ ਇਹ ਪੁੰਨ ਅਤੇ ਪਾਪ ਜਿਹੜੇ ਤੁਸੀਂ ਕੀਤੇ ਹੈ ਉਹਨਾਂ ਦੀ ਸਜ਼ਾ ਦੇ ਰੂਪ ਵਿੱਚ ਇਹ ਤੁਹਾਨੂੰ ਦਿੰਦਾ ਸਾਨੂੰ ਇਉਂ ਲੱਗਦਾ ਵੀ ਸ਼ਨੀ ਜਿਹੜਾ ਹੈਗਾ ਬੜਾ ਵੱਡਾ ਪਾਪੀ ਗ੍ਰਹਿ ਹੈ ਪਾਪੀ ਗ੍ਰਹਿ ਕੋਈ ਨਹੀਂ ਇਹ ਉਦੋਂ ਤੋਂ ਪ੍ਰਣ ਕੀਤਾ ਹੋਇਆ ਸ਼ਨੀ ਨੇ ਵੀ ਜਿੱਥੇ ਹਨੂੰਮਾਨ ਜੀ ਦਾ ਨਾਂ ਲਿਆ ਜਾਵੇ ਇਸੇ ਕਰਕੇ ਕਿਹਾ ਜਾਂਦਾ ਵੀ ਹਨੂੰਮਾਨ ਚਾਲੀਸਾ ਪੜ੍ਹਿਆ ਜਾਵੇ ਤਾਂ ਇਹ ਸ਼ਨੀ ਨੇ ਉਦੋਂ ਕਸਮ ਖਾ ਲਈ ਸੀ ਜਿੱਥੇ ਹਨੂੰਮਾਨ ਜੀ ਦਾ ਨਾਂ ਹੋਊਗਾ ਉੱਥੇ ਮੈਂ ਦ੍ਰਿਸ਼ਟੀ ਨਹੀਂ ਪਾਤ ਕਰੂੰ ਤਾਂ ਤੁਸੀਂ ਬਹੁਤ ਹੀ ਵਧੀਆ ਸਾਨੂੰ ਜਾਣਕਾਰੀ ਦਿੱਤੀ ਸਾਡੇ ਬੱਚੇ ਬਹੁਤ ਕੁਝ ਸਿੱਖਣਗੇ ਇਸ ਵੀਡੀਓ ਤੋਂ ਕਈ ਜਿਹੜੀਆਂ ਗੱਲਾਂ ਬਾਰੇ ਨਹੀਂ ਪਤਾ ਸੀਗਾ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਹੀ ਵਿਸ਼ ਕਰਦੇ ਹਾਂ ਕਿ ਤੁਹਾਡੇ ਨਾਮ 'ਤੇ ਜਿਹੜੀ ਕਮੇਟੀ ਬਣੀ ਆ ਜਿਹੜੇ ਜਿਹਦੇ ਤੁਸੀਂ ਫਾਊਂਡਰ ਹਾਂ ਤਾਂ ਇਹ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇ ਅਤੇ ਤੁਹਾਡਾ ਨਾਮ ਤੁਹਾਡੇ ਬੱਚੇ ਆ ਹਮੇਸ਼ਾ ਰੌਸ਼ਨ ਕਰਦੇ ਰਹਿਣ ਜੈ ਸ਼੍ਰੀ ਰਾਮ ਜੈ ਸ਼੍ਰੀ